साहिब जी। अमें दृष्ट शुभ करे हरे अग पाप सकल माल काम क्रोध अर लोभ मोह बस करे सब बाल सदा सुख मन वसे दुख संसार खोवे गुरु नाम निद दरिया जन्म हम कालख तो होवे प्रमाद पुरुष मनो पिमं सताद पाव्रतं तंडी बंदश मैं कोई ना डिठा तू नानक मन पाहना कोल कुमाई तिस मित्र विचोले जय मिल कंत पछाणा पाम सुहावे जा तो तिर जुल दे शीस सुहावा चरणी मुख सुहावा जा तो जस गावे जियो पया तो शरणी दिलो मोहब्बत जिन से सचया जिन मन होर मुख होर से कांडे कच्चिया रत्ते इश्क खुदाए रंग दीदार के विसरिया जिन नाम ते पोए पार थिए आप लिए लाड लाए दर दरवेश से तिन तन जनिंदी माओ आए सफल से पर्वत गारु अपार अगम बेअंत तू जिन्ना पछाता सच चुमा पैर मूं तेरी पनहा खुदाए तू बख्शंदगी शेख फरीद खैर दी जय बंदगी तेरी पनहा खुदाए तू बख्शंदगी शेख फरीद खैर दी जय बंदगी सतनाम धन वाहिगुरु साहिब जी बसंत हिंडोल महला पंजवां
ਬੂਝੈ ਆਪ ਨਾ ਸੂਝੈ ਪਰਮ ਬਿਆਪੀ ਅਹੰਮਨੀ ਮੂਲ ਨਾ ਬੂਝੈ ਆਪ ਨਾ ਸੂਝੈ ਪਰਮ ਬਿਆਪੀ ਅਹੰਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹਿ ਨਿਸਤਾਰੋ ਨਿਰਗੁਣੀ ਰਹਾਉ ਓਪਤ ਪਰਲੋ ਪ੍ਰਭ ਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਖੀਏ ਸੇ ਗਣੀ ਅਵਰ ਉਪਾਉ ਨਾ ਕੋਈ ਸੂਝੈ ਨਾਨਕ ਤਰੀਏ ਗੁਰ ਬਚਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਖੀਏ ਸੇ ਗਨੀ ਅਵਰ ਉਪਾਉ ਨਾ ਕੋਈ ਸੂਝੈ ਨਾਨਕ ਤਰੀਏ ਗੁਰ ਬਚਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਦੀਵ ਕਾਲ ਰਹਿਣ ਵਾਲੇ ਲੋਕ ਪਰਲੋਕ ਦੇ ਸਹਾਇਕ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਡ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋਂ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਦੀ ਅਪਾਰ ਰਹਿਮਤ ਸਦਕਾ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਵੱਡਮੁੱਲਾ ਸਮਾਂ ਪ੍ਰਾਪਤ ਹੋਇਆ। ਨਿਰੰਤਰ ਚੱਲ ਰਹੀ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਦੇ ਅਧੀਨ ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਮਿਸ਼ਰਤ ਰਾਗ ਬਸੰਤ ਹਿੰਡੋਲ ਦੇ ਅੰਦਰ ਦਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1186 ਦੇ ਉੱਪਰ ਸੁਭਾਈਮਾਨ ਸੰਪੂਰਨ ਸ਼ਬਦ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕੀਤੀ ਹੈ ਵੀ ਬੰਦਾ ਆਪਣੇ ਮੁੱਢ ਨੂੰ ਜਾਂ ਮੂਲ ਨੂੰ ਭਾਵ ਕਿ ਪਰਮਾਤਮਾ ਨੂੰ ਨਹੀਂ ਸਮਝਦਾ। ਜਿੰਨਾ ਬੰਦਾ ਦੂਜਿਆਂ ਦੇ ਅਵਗਣ ਵੇਖਣ ਦੇ ਵਿੱਚ ਆਪਣਾ ਵਕਤ ਅਤੇ ਸਮਾਂ ਵੇਸਟ ਕਰ ਦਿੰਦਾ ਲੰਘਾ ਦਿੰਦਾ ਕਦੀ ਆਪਣੇ ਅੰਦਰ ਝਾਤ ਮਾਰ ਕੇ ਬੰਦਾ ਨਹੀਂ ਦੇਖਦਾ। ਬਸ ਇਹੀ ਸਤਿਗੁਰੂ ਕਹਿੰਦੇ
ਹੰਕਾਰ ਦੀ ਨਿਸ਼ਾਨੀ ਹੈ, ਹਉਮੈ ਦੀ ਨਿਸ਼ਾਨੀ ਹੈ ਵੀ ਆਪਣੇ ਅਵਗੁਣ ਬੰਦੇ ਨੂੰ ਦਿਸਣੇ ਨਾ ਅਤੇ ਹੋਰਾਂ ਦੇ ਅਵਗਣ ਬੰਦਾ ਦੇਖਦਾ ਰਹੇ ਅਤੇ ਆਪੇ ਦੀ ਪਛਾਣ ਨਾ ਹੋਵੇ, ਮੂਲ ਮੁੱਢ ਰੱਬ ਪਰਿਪੂਰਨ ਪਰਮਾਤਮਾ ਨੂੰ ਸਮਝੇ ਨਾ। ਫਿਰ ਸਤਿਗੁਰੂ ਗੱਲ ਕਰਦੇ ਵੀ ਅਸਲ ਦੇ ਵਿੱਚ ਜਿਹੜਾ ਸਾਡਾ ਮਾਲਕ ਹੈ ਉਹ ਤਾਂ ਪਰਿਪੂਰਨ ਪਰਮਾਤਮਾ ਹੈ, ਰੱਬ ਹੈ। ਫਿਰ ਉਹਦੇ ਅੱਗੇ ਹਜ਼ੂਰ ਅਰਦਾਸ ਕਰਦੇ ਵੀ ਮਾਲਕ ਜੀ ਮੈਨੂੰ ਇਸ ਸੰਸਾਰ ਤੋਂ ਨਿਰਗੁਣੀ ਨੂੰ ਤੁਸੀਂ ਪਾਰ ਲਾਓ, ਇਸ ਜਗਤ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ ਅਤੇ ਨਾਸ਼ ਕਰਨ ਵਾਲਾ ਵੀ ਤੂੰ ਹੈ। ਫਿਰ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਵੀ ਅਸਲ ਦੇ ਵਿੱਚ ਜਗਤ ਦੇ ਅੰਦਰ ਸੁਖੀ ਉਹ ਨੇ ਜਿਹੜੇ ਮਾਲਕ ਦੇ ਨਾਮ ਰੰਗ ਦੇ ਵਿੱਚ ਰੰਗੇ ਗਏ। ਫਿਰ ਪਾਤਸ਼ਾਹ ਅਖੀਰਲੀ ਪੰਕਤੀ 'ਚ ਕਹਿੰਦੇ ਵੀ ਮੈਨੂੰ ਹੋਰ ਕੋਈ ਉਪਾਅ ਸੁੱਝਦਾ ਨਹੀਂ ਅਤੇ ਇਸ ਸੰਸਾਰ ਤੋਂ ਭਵਜਲ ਤੋਂ ਤਰਿਆ ਜਾ ਸਕਦਾ ਕੇਵਲ ਗੁਰੂ ਦੇ ਬਚਨਾਂ ਦੇ ਨਾਲ ਜਾਂ ਗੁਰਬਾਣੀ ਦੇ ਨਾਲ। ਸਤਿਗੁਰੂ ਕਿਰਪਾ ਕਰਨ, ਆਪਣੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਿਰੋਲ ਗੁਰਮਤਿ ਸਿਧਾਂਤਾਂ ਅਨੁਕੂਲ ਕਰਵਾ ਲੈਣ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਮੂਲ ਨਾ ਬੁੱਝੈ ਆਪ ਨਾ ਸੂਝੈ ਭਰਮ ਵਿਆਪੀ ਅਹੰਗ ਮਣੀ। ਹਉਮੈ ਦੇ ਕਾਰਨ ਬੰਦਾ ਆਪਣੀ ਬੁੱਧ ਅਤੇ ਅਕਲ 'ਤੇ ਪਰਦਾ ਪਾ ਲੈਂਦਾ ਹੈ। ਸਮਝ ਹੈ ਬੰਦੇ ਨੂੰ ਪਰ ਸਮਝ ਹੋਣ ਦੇ ਬਾਵਜੂਦ ਵੀ ਨਹੀਂ ਸਮਝਦਾ। ਸਭ ਤੋਂ ਪਹਿਲੀ ਗੱਲ ਇਹ ਸਤਿਗੁਰੂ ਕਹਿੰਦੇ ਮੂਲ ਨਾ ਬੂਝੈ ਆਪ ਨਾ ਸੂਝੈ। ਮੂਲ ਦਾ ਭਾਵ ਹੈ ਮੁੱਢ, ਅਤੇ ਮੁੱਢ ਸਾਡਾ ਕੀ ਹੈ? ਮੁੱਢ ਹੈ ਰੱਬ, ਜਿਹਦੀ ਗੱਲ ਸਤਿਗੁਰੂ ਨੇ ਗੁਰਬਾਣੀ 'ਚ ਕੀਤੀ ਹੈ ਆਦ ਸੱਚ। ਆਦ ਦਾ ਅਰਥ ਹੁੰਦਾ ਮੁੱਢ, ਜੀਵਾਂ ਦਾ ਮੁੱਢ, ਜੁਗਾਦ, ਜੁੱਗਾਂ ਦੇ ਮੁੱਢ ਤੋਂ ਜਿਹੜਾ ਸੱਚ ਸੀ, ਜੀਵਾਂ ਦੇ ਮੁੱਢ ਤੋਂ ਸੱਚ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਰਹੇਗਾ। ਗੁਰਬਾਣੀ ਦੇ ਬਚਨ ਨੇ ਵੀ ਮੂਲ ਤੋਂ ਬਿਨਾਂ ਕਦੀ ਵਿਆਜ ਵੀ ਹਾਸਲ ਨਹੀਂ ਹੋ ਸਕਦਾ। ਵਿਆਜ ਵੀ ਤਾਂ ਮਿਲਦਾ ਜੇ ਮੂਲ ਹੋਵੇ, ਜੇ ਸਾਡਾ ਮੂਲ ਹੀ ਹੈ ਨਹੀਂ ਤਾਂ ਸਾਡੀ ਵੀ ਕੋਈ ਕਦਰ ਨਹੀਂ। ਇੱਕ ਦਰਖਤ ਦਾ ਮੂਲ ਭਾਵ ਕਿ ਮੁੱਢ ਹੈ ਉਹਦਾ, ਅਤੇ ਜਿਸ ਦਰਖਤ ਦਾ ਮੁੱਢ ਨਰੋਆ ਵਧੀਆ ਅਰੋਗ ਹੈ ਅਤੇ ਉਹਨੂੰ ਵਧੀਆ ਫੁੱਲ ਵੀ ਲੱਗਣਗੇ, ਵਧੀਆ ਫਲ ਵੀ ਲੱਗਣਗੇ। ਜੇ ਇੱਕ ਦਰਖਤ ਦਾ ਮੋਢੀ 'ਚ ਹੀ ਚੰਗਾ ਨਹੀਂ ਤਾਂ ਉਹਨੂੰ ਵਧੀਆ ਫਲ ਕਿੱਥੋਂ ਲੱਗਣਗੇ, ਫੁੱਲ ਕਿਵੇਂ ਲੱਗ ਸਕਦੇ ਨੇ? ਇਸ ਕਰਕੇ ਮੂਲ ਕੀ ਹੈ ਸਾਡਾ? ਮੂਲ ਮੰਤਰ, ਮੂਲ ਮੰਤਰ, ਮੁੱਢਲਾ ਉਪਦੇਸ਼, ਮੁੱਢਲਾ ਸਿਧਾਂਤ ਹੈ ਗੁਰਮਤਿ ਦਾ, ਜਿਹਦੇ ਵਿੱਚ ਰੱਬ ਦੇ ਗੁਣ ਦੱਸੇ ਨੇ ਸਤਿਗੁਰੂ ਨੇ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਇਹ ਸਤਿਗੁਰੂ ਨੇ ਮੂਲ ਮੰਤਰ ਦੇ ਵਿੱਚ ਰੱਬ ਦੇ ਗੁਣ ਦੱਸੇ ਨੇ ਵੀ ਉਹਦੀ ਖਾਸੀਅਤ ਕੀ ਹੈ, ਕਿਹੜੇ ਗੁਣ ਨੇ। ਹੁਣ ਇਹ ਗੱਲ ਨੂੰ ਸਮਝਣਾ, ਆਪਣੇ ਮੁੱਢਲੇ ਉਪਦੇਸ਼ ਨੂੰ, ਗੁਰਮਤਿ ਦੇ ਮੁੱਢਲੇ ਸਿਧਾਂਤ ਨੂੰ, ਮੂਲ ਮੰਤਰ ਨੂੰ ਸਮਝਣਾ ਬੜੀ ਔਖੀ ਗੱਲ ਹੈ। ਜਦੋਂ ਸਮਝ ਜਾਵਾਂਗੇ ਵੀ ਖੇਡ ਇੱਕ ਓਅੰਕਾਰ ਦੀ ਹੈ, ਫਿਰ ਕਦੀ ਦੂਜੇ 'ਤੇ ਨਿਰਭਰ ਨਹੀਂ ਹੋਵਾਂਗੇ। ਜਦੋਂ ਪਤਾ ਲੱਗ ਜਾਏਗਾ ਵੀ ਸਤਨਾਮ ਉਹਦਾ ਨਾਮ ਸਦੀਵ ਕਾਲ ਰਹਿਣ ਵਾਲਾ ਹੈ,
ਫਿਰ ਕਿਸੇ ਦੇਹ ਧਾਰੀ ਕੋਲ ਜਾ ਕੇ ਨਾਮ ਨਹੀਂ ਮੰਗਾਂਗੇ ਨਾ ਲਵਾਂਗੇ, ਜਦੋਂ ਸਮਝ ਆ ਜਾਏਗੀ ਫਿਰ ਕੋਈ ਨਾਮ ਵੀ ਨਹੀਂ ਦੇਗਾ। ਜਦੋਂ ਸਮਝ ਲੱਗ ਜਾਏਗੀ ਵੀ ਉਹੀ ਮਾਲਕ ਨਿਰਭਉ ਵੀ ਹੈ, ਨਿਰਵੈਰ ਵੀ ਹੈ, ਅਕਾਲ ਮੂਰਤ, ਉਹਦੀ ਕੋਈ ਆਪਣੀ ਮੂਰਤ ਨਹੀਂ, ਫਿਰ ਅਸੀਂ ਘਰ ਦੇ ਵਿੱਚ ਬਣਾਈਆਂ ਹੋਈਆਂ ਨਕਲੀ ਮੂਰਤੀਆਂ ਨੂੰ ਨਹੀਂ ਪੂਜਾਂਗੇ। ਸਾਨੂੰ ਸਮਝ ਲੱਗ ਜਾਏਗੀ ਵੀ ਅਕਾਲ ਮੂਰਤ, ਉਹਦੀ ਕੋਈ ਮੂਰਤ ਨਹੀਂ, ਉਹਦੀ ਕੋਈ ਆਪਣੀ ਖਾਸ ਹਸਤੀ ਨਹੀਂ। ਫਿਰ ਸਾਨੂੰ ਸਮਝ ਪੈ ਗਈ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ, ਵੀ ਰੱਬ ਨੂੰ ਤੇ ਥਾਪਿਆ ਨਹੀਂ ਜਾ ਸਕਦਾ, ਉਹ ਕਿਸੇ ਦਾ ਬਣਾਇਆ ਹੋਇਆ ਭਗਵਾਨ ਜਾਂ ਰੱਬ ਨਹੀਂ ਬਣ ਸਕਦਾ। ਉਸ ਅਕਾਲ ਪੁਰਖ ਪਰਮਾਤਮਾ ਨੇ ਬੰਦੇ ਨੂੰ ਬਣਾਇਆ, ਬੰਦੇ ਨੂੰ ਬਣਾਇਆ ਰੱਬ ਨੇ, ਪਰ ਬੰਦੇ ਨੇ ਅਗਾਂਹ ਭਗਵਾਨ ਬਣਾ ਦਿੱਤਾ, ਰੱਬ ਬਣਾ ਦਿੱਤਾ, ਤੇ ਲੋਕ ਪੂਜ ਰਹੇ ਨੇ। ਕਬੀਰ ਸਾਹਿਬ ਨੇ ਗੱਲ ਕੀਤੀ, ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹੱਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੁੱਲੇ ਭਟਕਾ ਖਾਹੇ। ਕਹਿੰਦੇ ਠਾਕੁਰ ਪੂਜੈ ਮੋਲ ਲੈ, ਠਾਕੁਰ ਨੂੰ ਰੱਬ ਨੂੰ ਲੋਕੀ ਮੁੱਲ ਲੈ ਕੇ ਪੂਜ ਰਹੇ। ਕਦੀ ਰੱਬ ਦੁਕਾਨਾਂ ਤੇ ਥੋੜਾ ਵਿਕਦਾ ਵੀ ਪੰਦਰਾਂ ਪੰਦਰਾਂ, ਵੀਹ ਵੀਹ, ਤੀਹਾਂ ਤੀਹਾਂ, ਪੰਜਾਹ ਪੰਜਾਹ ਰੁਪਈਆਂ ਦਾ ਕਦੀ ਭਗਵਾਨ ਨਹੀਂ ਵਿਕਦਾ ਹੁੰਦਾ। ਕਬੀਰ ਸਾਹਿਬ ਕਹਿੰਦੇ ਕਬੀਰ ਠਾਕੁਰ ਪੂਜੈ ਮੋਲ ਲੈ, ਸਾਡੇ ਲੋਕ ਲਿਆ ਕੇ ਤਸਵੀਰ ਫੋਟੋ ਉਹਦੇ ਅੱਗੇ ਧੂਫ ਵੀ ਲਾ ਰਹੇ ਨੇ, ਜੋਤ ਵੀ ਲਾ ਰਹੇ ਨੇ, ਫੋਟੋਆਂ ਨੂੰ ਮੱਥੇ ਟੇਕ ਰਹੇ ਨੇ। ਅੱਜ ਦੁਕਾਨਾਂ ਵਾਲੇ, ਦੁਕਾਨ ਤੇ ਕਸਟਮਰ ਆ ਜਾਵੇ ਉਹਨਾਂ ਚਿਰ ਕਸਟਮਰ ਅਟੈਂਡ ਨਹੀਂ ਕਰਦੇ, ਜਿੰਨਾ ਚਿਰ ਉਹ ਧੂਫ ਅਗਰਬੱਤੀ ਤੇ ਜੋਤ ਨਾ ਲਾ ਲੈਣ। ਕਾਰਨ ਕੀ? ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਜੇ ਧਾਰਨੀ ਨਹੀਂ ਹੋਏ, ਅਸੀਂ ਸਮਝਿਆ ਹੀ ਨਹੀਂ। ਜੋ ਕੁਝ ਪੁਜਾਰੀ ਕਰਦਾ ਸੀ ਉਹ ਸਿੱਖ ਵੀ ਆਪਣੀਆਂ ਦੁਕਾਨਾਂ 'ਚ ਤੇ ਘਰਾਂ 'ਚ ਕਰ ਰਹੇ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਠਾਕੁਰ ਪੂਜੈ ਮੋਲ ਲੈ, ਠਾਕੁਰ ਨੂੰ, ਰੱਬ ਨੂੰ, ਭਗਵਾਨ ਨੂੰ ਲੋਕੀ ਮੁੱਲ ਲੈ ਕੇ ਪੂਜ ਰਹੇ ਨੇ। ਮਨ ਹੱਠ ਤੀਰਥ ਜਾਹੇ, ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਨੇ ਰੱਬ ਦੀ, ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ, ਉਹਨੂੰ ਬਣਾਇਆ ਥੋੜਾ ਜਾ ਸਕਦਾ, ਰੱਬ ਨੂੰ ਬੰਦਾ ਥੋੜਾ ਬਣਾ ਸਕ, ਬੰਦੇ ਨੂੰ ਰੱਬ ਨੇ ਬਣਾਇਆ, ਇਸ ਕਰਕੇ ਰੱਬ ਵੱਡਾ, ਪਰ ਬੰਦੇ ਨੇ ਰੱਬ ਬਣਾ ਦਿੱਤਾ। ਇਸਲਾਮ ਧਰਮ ਦੀ ਇਹ ਸਭ ਤੋਂ ਵੱਡੀ ਖਾਸੀਅਤ ਹੈ, ਇਸਲਾਮ ਵਿੱਚ ਮੂਰਤੀ ਪੂਜਾ ਨਹੀਂ। ਹਾਲਾਂਕਿ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਵੀ ਕੋਈ ਤਸਵੀਰ ਨਹੀਂ ਬਣਾਈ, ਕੋਈ ਫੋਟੋ ਨਹੀਂ ਬਣਾਈ, ਉਹਨਾਂ ਨੇ ਬਿਲਕੁਲ ਨਹੀਂ ਬਣਾਈ, ਹਜ਼ਰਤ ਮੁਹੰਮਦ ਸਾਹਿਬ ਦੀ ਵੀ ਫੋਟੋ ਨਹੀਂ ਬਣਾਈ, ਤਸਵੀਰ ਨਹੀਂ ਬਣਾਈ। ਔਰ ਪਿੱਛੇ ਤੁਸੀਂ ਦੇਖਿਆ ਕਿ ਕਿਸੇ ਨੇ ਕਾਰਟੂਨ ਬਣਾ ਦਿੱਤਾ ਮੁਹੰਮਦ ਸਾਹਿਬ ਦਾ, ਅਤੇ ਉਹਨਾਂ ਲੋਕਾਂ ਨੇ 12 ਬੰਦੇ ਮਾਰ ਦਿੱਤੇ, 12। ਕਾਰਨ ਕੀ? ਵੀ ਸਾਡੇ ਧਰਮ ਦੇ ਪੈਗੰਬਰਾਂ ਰਹਿਬਰਾਂ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ, ਉਹਨਾਂ 'ਚ ਮੂਰਤੀ ਪੂਜਾ ਨਹੀਂ, ਇਹ ਖਾਸੀਅਤ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰਨਾਈ, ਓਏ ਲੇ ਜਾ ਰੇ, ਓਏ ਲੇ ਗਾਡੇ, ਤੇਰੀ ਗੱਤ ਦੋਹੋਂ ਨਾ ਪਾਈ। ਇਹ ਪੰਕਤੀਆਂ ਪੜ੍ਹਨ ਵਾਲਾ ਖੁਦ ਬੁੱਤ ਪੂਜਕ ਬਣ ਗਿਆ। ਅੱਜ ਸਾਨੂੰ ਓਨਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਨਹੀਂ ਜਿੰਨਾ ਫੋਟੋ 'ਤੇ ਹੈ। ਸਿੱਖਾ, ਫੋਟੋ ਨੇ ਕੋਈ ਸਿਧਾਂਤ ਨਹੀਂ ਦੇਣਾ ਤੈਨੂੰ, ਸਿਧਾਂਤ ਸ਼ਬਦ ਗੁਰੂ ਨੇ ਦੇਣਾ, ਗੁਰਬਾਣੀ ਨੇ ਦੇਣਾ। ਗੁਰੂ ਸਾਡਾ ਫੋਟੋ ਨਹੀਂ, ਤਸਵੀਰ ਨਹੀਂ, ਬੁੱਤ ਮੂਰਤੀ ਨਹੀਂ, ਗੁਰੂ ਸਾਡਾ ਗੁਰਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ, ਅੰਮ੍ਰਿਤ ਸਾਰੇ
ਔਰ ਇਸ ਤੋਂ ਵੱਡੀ ਦਲੀਲ ਕੀ ਹੋ ਸਕਦੀ ਹੈ? ਸ਼ਬਦ ਗੁਰ ਪੀਰਾ, ਬੰਦੇ ਵੱਲੋਂ ਬਣਾਏ ਹੋਏ ਪੀਰ ਨਹੀਂ, ਸਿੱਖਾ ਤੇਰੇ ਵਾਸਤੇ ਪੀਰ ਸ਼ਬਦ ਗੁਰੂ ਹੈ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਬਿਨ ਸ਼ਬਦ ਹੈ ਜੱਗ ਬੌਰਾਨ। ਪੀਰ ਮੁਸਲਮਾਨ ਔਰ ਮੁਸਲਮਾਨਾਂ ਦੇ ਨੇ, ਸਿੱਖਾਂ ਦੇ ਨਹੀਂ। ਸਿੱਖਾਂ ਦਾ ਪੀਰ ਕੌਣ ਹੈ? ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰਾ ਪੀਰ ਬਾਬਾ ਨਾਨਕ ਹੈ। ਸਿੱਖਾਂ ਦਾ ਪੀਰ ਕੌਣ ਹੈ? ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਭਾਈ ਗੁਰਦਾਸ ਕਹਿੰਦੇ ਭਾਰੀ ਗੁਰੂ। ਜ਼ਾਹਰਾ ਪੀਰ ਗੁਰੂ ਨਾਨਕ ਹੈ ਔਰ ਭਾਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਹੈ। ਜ਼ਾਹਰ ਪੀਰ ਜਗਤ ਗੁਰ ਬਾਬਾ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਸਿੱਖਾ ਤੇਰੇ ਵਾਸਤੇ ਪੀਰ ਸ਼ਬਦ ਗੁਰੂ ਹੈ, ਔਰ ਵਿਸ਼ਵਾਸ ਰੱਖ ਸ਼ਬਦ ਤੇ, ਮੂਰਤੀ ਤੇ ਨਹੀਂ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਉਦਾਸੀ ਆਰੰਭ ਕੀਤੀ ਹੈ, ਔਰ ਉਦਾਸੀ ਦੇ ਦੌਰਾਨ ਗੁਰੂ ਨਾਨਕ ਸਾਹਿਬ ਭਗਤਾਂ ਦੇ ਜਾਨਸ਼ੀਨਾਂ ਨੂੰ ਮਿਲੇ, ਕਿ ਉੱਥੇ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਮੈਨੂੰ ਤਸਵੀਰ ਜਾਂ ਫੋਟੋ ਦਿਓ। ਨਹੀਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਕੇਵਲ ਮੰਗਿਆ ਅਤੇ ਕੇਵਲ ਉਹਨਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ, ਇਨਕਲਾਬੀ ਵਿਚਾਰਧਾਰਾ ਨੂੰ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 15 ਭਗਤਾਂ ਦੀ ਬਾਣੀ ਦਰਜ ਕੀਤੀ, ਜੇ ਸਤਿਗੁਰੂ ਫੋਟੋਆਂ ਲੈ ਆਉਂਦੇ, ਤਸਵੀਰਾਂ ਲੈ ਆਉਂਦੇ ਭਗਤਾਂ ਦੀਆਂ, ਉਹਨਾਂ ਨੇ ਕੋਈ ਸੇਧ ਥੋੜ੍ਹਾ ਦੇਣੀ ਸੀ? ਅੱਜ ਸਾਨੂੰ ਫੋਟੋ ਵਾਲਾ ਬਾਬਾ ਨਾਨਕ, ਫੋਟੋ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ, ਫੋਟੋ ਵਾਲਾ ਭਗਤ ਰਵਿਦਾਸ ਚੰਗਾ ਲੱਗਦਾ, ਪਰ ਸ਼ਬਦ ਰੂਪ 'ਚ ਨਹੀਂ, ਸ਼ਬਦ ਰੂਪ 'ਚ ਨਹੀਂ। ਇਸ ਕਰਕੇ ਸਿੱਖਾ ਤੇਰਾ ਗੁਰੂ ਕੋਈ ਤਸਵੀਰ, ਮੂਰਤੀ, ਬੁੱਤ ਨਹੀਂ, ਤੇਰਾ ਗੁਰੂ ਕੇਵਲ ਗੁਰਬਾਣੀ ਦਾ ਸ਼ਬਦ ਹੈ, ਗੁਰਬਾਣੀ ਦੀ ਪੰਕਤੀ ਹੈ, ਤੈਨੂੰ ਸੇਧ ਸ਼ਬਦ ਨੇ, ਗਿਆਨ ਨੇ ਦੇਣੀ। ਕਿਉਂਕਿ ਜਦੋਂ ਵੀ ਜੀਵਨ ਬਦਲਿਆ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸੱਜਣ ਦਾ ਜੀਵਨ ਬਦਲਿਆ ਉਹ ਕੇਵਲ ਸ਼ਬਦ ਨਾਲ, ਬਾਬਾ ਅਮਰਦਾਸ ਦਾ ਜੀਵਨ ਬਦਲਿਆ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਸ਼ਬਦ ਨਾਲ, ਭਾਈ ਲਹਿਣਾ ਦਾ ਜੀਵਨ ਬਦਲਿਆ ਤੇ ਸ਼ਬਦ ਨਾਲ। ਜਦੋਂ ਵੀ ਜੀਵਨ ਵਿੱਚ ਕ੍ਰਾਂਤੀ ਆਈ ਹੈ ਕੇਵਲ ਸ਼ਬਦ ਨਾਲ ਆਈ ਹੈ। ਸਿੱਖ ਆਕਾਰ ਦਾ ਪੁਜਾਰੀ ਨਹੀਂ, ਸਿੱਖ ਨਿਰੰਕਾਰ ਦਾ ਪੁਜਾਰੀ ਹੈ। ਠਾਕੁਰ ਕੋ ਸੇਵਕ ਸਦਾ ਪੁਜਾਰੀ, ਸਿੱਖ ਇੱਕ ਅਕਾਲ ਪੁਰਖ ਪਰਮਾਤਮਾ ਦਾ, ਨਿਰੰਕਾਰ ਦਾ ਪੁਜਾਰੀ, ਆਕਾਰ ਦਾ ਨਹੀਂ, ਪਰ ਅਸੀਂ ਆਕਾਰ ਨਾਲ ਜੁੜ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਮੂਰਤ, ਉਸ ਅਕਾਲ ਦੀ ਭਾਵ ਕੀ ਉਹਦੇ 'ਤੇ ਮੌਤ ਦਾ ਕੋਈ ਪ੍ਰਭਾਵ ਨਹੀਂ। ਕਾਲ ਦਾ ਅਰਥ ਹੁੰਦਾ ਸਮਾਂ, ਮੌਤ ਅਗੇਤਰ 'ਚ ਲੱਗਾ ਐੜਾ ਅਕਾਲ, ਉਹਦੀ ਹਸਤੀ ਕਾਲ ਤੋਂ, ਮੌਤ ਤੋਂ, ਸਮੇਂ ਤੋਂ ਰਹਿਤ ਹੈ, ਉੱਥੇ ਕਦੀ ਮੌਤ ਨਹੀਂ ਆਉਂਦੀ। ਜਿਹੜੀ ਗੱਲ ਕਬੀਰ ਸਾਹਿਬ ਨੇ ਆਖੀ, ਕਬੀਰ ਠਾਕੁਰ ਪੂਜੈ ਮੋਲ ਲੈ, ਭਗਵਾਨ ਨੂੰ ਮੁੱਲ ਲੈ ਕੇ ਲੋਕ ਪੂਜ ਰਹੇ ਨੇ, ਮਨ ਹੱਠ ਤੀਰਥ ਜਾਹੇ, ਮਨ ਦੇ ਹੱਠ ਕਰਕੇ ਉਹ ਤੀਰਥਾਂ 'ਤੇ ਵੀ ਜਾ ਰਹੇ ਨੇ। ਦੇਖਾ ਦੇਖੀ ਸਵਾਂਗ ਧਰ, ਅੱਜ ਦੇਖੋ ਦੇਖੀ ਹੋ ਰਿਹਾ, ਭੇਡ ਚਾਲ ਬਣ ਗਈ, ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਉਹੀ ਗੱਲ ਹੋ ਰਹੀ ਹੈ। ਪਰ ਕਬੀਰ ਸਾਹਿਬ ਕਹਿੰਦੇ ਇੱਕ ਆਵ ਘਾਟ ਘਾਟੀ ਰਾਮ ਕੀ, ਤੇਹੇ ਚੜ੍ਹ ਰਹੇ ਹੋ ਕਬੀਰ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਇਹ ਜਗਤ ਦਾ ਗੁਰੂ ਹੋ ਸਕਦਾ ਵਿਪਰ, ਪਰ ਭਗਤਾਂ ਦਾ ਨਹੀਂ। ਅਰਜ ਉਰਜ ਕੈ ਪਚ ਮੂਹਾਂ, ਚਾਰੋਂ ਬੇਦੋਂ ਮਾਹੇ। ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹੱਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੁੱਲੇ ਭਟਕਾ ਖਾਹੇ। ਇਸ ਕਰਕੇ ਸਿੱਖ
ਅਕਾਲ ਮੂਰਤ ਦਾ ਪੁਜਾਰੀ। ਪੂਜਾ ਅਕਾਲ ਕੀ, ਅਸੀਂ ਆਕਾਰ ਦੀ ਨਹੀਂ ਕਰਨੀ, ਨਿਰੰਕਾਰ ਦੀ ਪੂਜਾ ਕਰਨੀ। ਪੂਜਾ ਅਕਾਲ ਕੀ, ਗੁਰਬਾਣੀ ਦਾ ਬਚਨ ਹੈ, ਪਾਖਾਨ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤੋ ਘੜਨਹਾਰੇ ਕੋ ਖਾਓ। ਕਬੀਰ ਸਾਹਿਬ ਕਹਿੰਦੇ ਵੀ ਜਦੋਂ ਬਣਾਉਣ ਵਾਲੇ ਨੇ ਮੂਰਤੀ ਨੂੰ ਬਣਾਇਆ, ਭਗਵਾਨ ਬਣਾਇਆ, ਰੱਬ ਬਣਾਇਆ, ਦੇਵੀ ਦੇਵਤਾ ਬਣਾਇਆ, ਤੇ ਉਹਨੇ ਉਹਦੀ ਛਾਤੀ ਤੇ ਪੈਰ ਰੱਖ ਕੇ ਘੜਿਆ, ਜੇ ਇਹ ਮੂਰਤ ਸੱਚੀ ਹੈ ਨਾ, ਫਿਰ ਸਭ ਤੋਂ ਪਹਿਲਾਂ ਘੜਨ ਵਾਲੇ ਨੂੰ ਖਾਣਾ ਚਾਹੀਦਾ ਜੇ ਸੱਚੀ ਹੈ, ਕਿਉਂਕਿ ਉਹਨੇ ਪੈਰ ਰੱਖੇ ਨੇ, ਉਹਨੇ ਪੈਰ ਰੱਖੇ ਉਸ ਮੂਰਤੀ ਨੂੰ ਬਣਾਉਣ ਲੱਗਿਆਂ। ਪੱਥਰ ਦੇ ਉੱਪਰ ਪੱਥਰ ਤਰਾਸ਼ ਕੇ ਉਹਨੇ ਮੂਰਤ ਬਣਾ ਦਿੱਤੀ। ਜਿਹੜਾ ਪੱਥਰ ਸਾਡੇ ਤੁਹਾਡੇ ਘਰਾਂ ਦੇ ਵਿੱਚ ਲੱਗਾ ਮਾਰਬਲ, ਉਹਦਾ ਹੀ ਭਗਵਾਨ ਬਣਾਇਆ ਹੋਇਆ। ਇੱਕ ਹੈ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦਿਓ ਤਾਂ ਉਹ ਭੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਇਸ ਕਰਕੇ ਕਬੀਰ ਸਭ ਕਹਿੰਦੇ, ਵਾਹਿਗੁਰੂ ਭਗਤ ਨਾਮਦੇਵ ਸਭ ਕਹਿੰਦੇ ਵੀ ਮੈਂ ਉਹ ਰੱਬ ਨੂੰ ਚੇਤੇ ਕੀਤਾ, ਉਹਨੂੰ ਸਿਮਰਿਆ, ਉਹ ਮੇਰੇ ਅੰਦਰ ਵਸਿਆ, ਜਿਹੜਾ ਕਿਸੇ ਮਸੀਤ ਤੇ ਨਾ ਦੇਹੁਰੇ ਮੰਦਰ ਦਾ ਮੁਥਾਜ ਹੈ। ਨਾਮੇ ਸੋਈ ਸੇਵਿਆ ਜਿਹੇ ਦੇਹੁਰਾ ਨਾ ਮਸੀਤ। ਇਸ ਕਰਕੇ ਦੇਖਾ ਦੇਖੀ ਸਵਾਂਗ ਧਰ, ਭੁੱਲੇ ਭਟਕਾ ਖਾਹੇ। ਲੋਕ ਭੁੱਲੇ ਹੋਏ ਨੇ ਔਰ ਅਗਿਆਨਤਾ ਮਨਾਂ ਦੇ ਵਿੱਚ। ਸਾਡਾ ਮੂਲ ਕੀ ਹੈ? ਸਿੱਖਾ ਤੇਰਾ ਮੂਲ ਮੰਤਰ ਮੁੱਢ ਹੈ, ਔਰ ਜਦੋਂ ਆਪਣੇ ਮੁੱਢ ਦੇ ਨਾਲੋਂ ਕੋਈ ਦੂਰ ਹੋ ਜਾਂਦਾ ਹੈ ਉਦੋਂ ਉਹ ਦਲਿਆ ਵੀ ਜਾਂਦਾ, ਜਦੋਂ ਆਪਣੇ ਮੂਲ ਨਾਲੋਂ ਕੋਈ ਟੁੱਟ ਜਾਂਦਾ। ਬੱਚੇ ਪਤੰਗ ਉਡਾ ਰਹੇ ਨੇ, ਔਰ ਜਿੰਨਾ ਚਿਰ ਇੱਕ ਪਤੰਗ ਦੀ ਡੋਰ ਇੱਕ ਦੇ ਹੱਥ ਵਿੱਚ ਹੈ, ਉਨਾ ਚਿਰ ਪਤੰਗ ਬੁਲੰਦੀਆਂ ਨੂੰ ਛੂਹੇਗਾ, ਉਚਾਈਆਂ ਵੱਲ ਵਧੇਗਾ। ਜਿੰਨਾ ਚਿਰ ਪਤੰਗ ਦੀ ਡੋਰ ਇੱਕ ਦੇ ਹੱਥ 'ਚ ਹੈ, ਪਰ ਜੇ ਉਹੀ ਪਤੰਗ ਕੱਟਿਆ ਜਾਏ, ਉਹਦੀ ਡੋਰ ਨਖਸਮਾ ਹੋ ਜਾਏ, ਤੇ ਉਹ ਨਖਸਮਾ ਜਿਹੜਾ ਪਤੰਗ ਹੈ ਉਹ ਡਾਵਾਂ ਡੋਲ ਹੁੰਦਾ ਹੋਇਆ ਧਰਤੀ ਵੱਲ ਨੂੰ ਆਉਂਦਾ, ਉਚਾਈਆਂ ਵੱਲ ਨਹੀਂ ਵੱਧਦਾ, ਉਹ ਹੇਠਾਂ ਨੂੰ ਆਉਂਦਾ। ਜਦੋਂ ਨਖਸਮਾ ਹੋ ਜਾਂਦਾ, ਜਦੋਂ ਇੱਕ ਦੇ ਹੱਥੋਂ ਡੋਰ ਛੁੱਟ ਜਾਂਦੀ ਹੈ, ਫਿਰ ਧਰਤੀ 'ਤੇ ਵੀ ਨਹੀਂ ਪੈਣ ਦਿੰਦੇ ਬੱਚੇ। ਹੁੰਦਾ ਕੀ ਹੈ ਵੀ ਧਰਤੀ 'ਤੇ ਆਉਣ ਤੋਂ ਪਹਿਲਾਂ ਹੀ ਬੱਚੇ ਪਾੜ ਪੂੜ ਛੱਡਦੇ ਨੇ ਉਸ ਪਤੰਗ ਨੂੰ, ਫਿਤੀ ਫਿਤੀ ਕਰ ਦਿੰਦੇ, ਲੀਰਾਂ ਲੀਰਾਂ, ਇੱਕ ਤੋਂ ਛੁੱਟ ਗਿਆ, ਨਖਸਮਾ ਹੋਇਆ। ਗੁਰਬਾਣੀ ਵਿੱਚ ਸਤਿਗੁਰੂ ਦਾ ਪਾਵਨ ਬਚਨ ਹੈ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿੱਠ। ਇਸ ਕਰਕੇ ਜਿਹੜੇ ਮੂਲ ਦੇ ਨਾਲ, ਜਿਹੜੇ ਧੁਰੇ ਦੇ ਨਾਲ, ਕਿੱਲੀ ਦੇ ਨਾਲ, ਗੁਰੂ ਨਾਨਕ ਸਾਹਿਬ ਕਹਿੰਦੇ ਚੱਕੀ ਦੇ ਪੁੜਾਂ ਦੇ ਵਿੱਚ ਦਾਣੇ ਉਸ ਧੁਰੇ ਨਾਲ ਜੁੜ ਗਏ ਉਹ ਬਚ ਗਏ, ਜਿਹੜੇ ਧੁਰੇ ਤੋਂ ਦੂਰ ਹੋ ਗਏ ਉਹ ਪੁੜਾਂ ਦੇ ਹੇਠਾਂ ਆ ਕੇ ਦਲੇ ਗਏ, ਜਿਹੜੇ ਇੱਕ ਆਪਣੇ ਮੂਲ ਨਾਲ ਜੁੜੇ ਨੇ, ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿੱਠ। ਇਹ ਬੜੀ ਅਜੀਬ ਖੇਡ ਹੈ ਵੀ ਜਿਹੜੇ ਧੁਰੇ ਤੋਂ, ਆਪਣੇ ਮੂਲ ਤੋਂ ਦੂਰ ਹੋ ਜਾਂਦੇ ਨੇ, ਉਹਨਾਂ ਦੀ ਹਾਲਤ ਚੱਕੀ ਦੇ ਵਿੱਚ ਪਿਸ ਰਹੇ ਦਾਣਿਆਂ ਵਰਗੀ ਹੈ। ਹਜ਼ੂਰ ਕਿਰਪਾ ਕਰਦੇ ਨੇ, ਮੂਲ ਨਾ ਬੁੱਝੈ ਆਪ ਨਾ ਸੂਝੈ। ਬੰਦੇ ਨੂੰ ਆਪ ਸੂਝ ਨਹੀਂ, ਸਮਝ ਨਹੀਂ, ਆਪੇ ਦੀ ਪਛਾਣ ਨਹੀਂ ਕਰਦਾ, ਦੂਜਿਆਂ ਦੇ ਅਵਗਣ ਬੜੇ ਦੇਖਦਾ, ਨਾ ਇਹਨੇ ਅਜੇ ਤੱਕ ਮੂਲ ਨੂੰ ਸਮਝਿਆ। ਗੁਰਬਾਣੀ ਦਾ ਬਚਨ ਹੈ ਵੀ ਮੂਲ ਬਿਨਾਂ ਸ਼ਾਖਾ ਕਤ ਆ।